ਕੇ ਪਾਣੀ ਦਿੱਤਾ ਔਰ ਬਿਨਾਂ ਕਾਨੂੰਨ ਦਿੱਤਾ ਕਿਸੇ ਕਾਨੂੰਨ ਦੇ ਬਾਅਦ ਨਹੀਂ ਅਵਾਰਡ ਦਿੱਤਾ ਲੇਕਿਨ ਹੁਣ ਹੋਰ ਵੀ ਹਰਿਆਣੇ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਵਾਲੇ ਤਾਂ ਕਿ ਜਿਹੜਾ ਪਾਣੀ ਦਾ ਮਸਲਾ ਹੈ ਉਹ ਹਰਿਆਣੇ ਬਣ ਜਾਵੇ ਉਹ ਆਪਣੇ ਆਪ ਹੀ ਕਰੇ ਇਹਦੇ ਲਈ ਭਾਵੇਂ ਪੰਜਾਬੀ ਸੂਬਾ ਪੜਿਆ ਉੱਥੇ ਸਾਡੀਆਂ ਕੁਰਬਾਨੀਆਂ ਵੀ 44 ਸ਼ਹੀਦ ਹੋਏ ਤੇ 55,000 ਬੰਦਾ ਜੇਲ੍ਹ ਗਿਆ ਤਾਂ ਪੰਜਾਬੀ ਸੂਬਾ ਬਣਿਆ ਔਰ ਉਸ ਤੋਂ ਬਾਅਦ ਕਪੂਰੀ ਵਿੱਚ ਕਿਰਿਆ ਕੁਰਬਾਨੀਆਂ ਕੀਤੀਆਂ ਮੋਰਚਾ ਲਾਇਆ ਸ਼੍ਰੋਮਣੀ ਅਕਾਲੀ ਦਲ ਨੇ ਔਰ ਅੱਜ ਤੱਕ ਲੜਾਈ ਲੜੀ ਜਾ ਰਹੀ ਹੈ ਉਹਨਾਂ ਨੂੰ ਪਤਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਅਗਰ ਇੱਕ ਵੀ ਤੁਪਕਾ ਪਾਣੀ ਦਾ ਨਜਾਇਜ਼ ਜਾਏਗਾ ਕਿਸੇ ਸਟੇਟ ਨੂੰ ਤੇ ਸਭ ਤੋਂ ਪਹਿਲਾਂ ਮੈਂ ਕੁਰਬਾਨੀ ਦੇਵਾਂ ਕਿਲੇ ਕਿਲੇ ਵਿੰਗੇ ਚੰਦੇ ਤੱਕ ਦਾ ਕਿ ਮੁੱਖ ਮੰਤਰੀ ਅਗਰ ਇੱਥੇ ਬਣ ਜਾਏ ਰਹਿਣੇ ਦਾ ਤਾਂ ਜਦੋਂ ਮਰਜ਼ੀ ਦੇ ਕੇ ਦੇ ਸਕਦਾ ਇਸ ਕਰਕੇ ਕਿਸੇ ਵੀ ਕੀਮਤ ਵਿੱਚ ਨਾ ਸ਼੍ਰੋਮਣੀ ਅਕਾਲੀ ਦਲ ਨਾ ਪੰਜਾਬ ਨਾ ਪੰਜਾਬੀ ਕੋਈ ਬਰਦਾਸ਼ਤ ਨਹੀਂ ਕਰੇਗਾ ਕਿ ਪੰਜਾਬ ਦਾ ਇੰਟਰਸਟ ਵੇਚਣ ਲਈ ਕੋਈ ਹਰਿਆਣੇ ਦਾ ਬੰਦਾ ਜਾ ਕੇ ਇੱਥੇ ਬੈਠੇ ਤੇ ਹਰਿਆਣੇ ਦੇ ਹੱਕ ਵਿੱਚ ਫੈਸਲਾ ਕਰਾ ਫਿਰ ਇੰਨਾ ਝੂਠੇ ਨੇ ਕਿ ਕੇਜਰੀਵਾਲ ਕਦੇ ਕਹਿੰਦਾ ਤੁਸੀਂ ਮੈਂ ਦਿੱਲੀ ਵਿੱਚ ਜਿਹਦੇ ਮਿਲੇ ਮੈਂ ਮੁੱਖ ਮੰਤਰੀ ਬਣ ਗਿਆ ਕੋਈ ਮੈਂ ਕਾਰ ਨਹੀਂ ਲਊਂਗਾ ਕੋਠੀ ਨਹੀਂ ਲਊਂਗਾ ਮੇਰਾ ਕੋਈ ਤਨਖਾਹ ਨਹੀਂ ਮੇਰਾ ਅੱਜ ਉਹਦਾ ਤੁਸੀਂ ਦੇਖ ਲਓ ਜਿਹੜਾ ਉਹਨੇ ਦਿੱਲੀ ਵਿੱਚ ਮੈਨੀਫੈਸਟੋ ਦਿੱਤਾ ਉਹਦੇ ਵਿੱਚ 1 ਲੱਖ ਵੀ ਕੋਈ ਉਹਨੇ ਅਜੇ ਤੱਕ 2.5-3 ਸਾਲ ਹੋ ਗਏ ਜਾਰੀ ਕੀਤਾ ਹੋਵੇ ਦੂਜਾ ਮੈਨੂੰ ਅਫਸੋਸ ਹੋ ਰਿਹਾ ਉਹਨਾਂ ਆਮ ਆਦਮੀ ਪਾਰਟੀ ਦੇ ਲੀਡਰ ਕਹਾਉਂਦੇ ਨੇ ਜਿਹੜੇ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ ਜਿਹਨਾਂ 'ਚ ਸਭ ਤੋਂ ਪਹਿਲਾਂ ਭਗਵੰਤ ਮਾਨ ਹੈ ਫੂਲਕਾ ਸਾਹਿਬ ਨੇ ਸੰਧੂ ਸਾਹਿਬ ਹੈ ਔਰ ਹੋਰ ਵੀ ਕਈ ਨੇ ਖੈਰ ਹੈ ਸ਼ੇਰ ਗਿੱਲ ਹੈ ਸਾਰੇ ਜਿੰਨੇ ਵੀ ਹੈ ਕਿ ਉਹ ਅੱਜ ਚੁੱਪ ਕਰਕੇ ਬੈਠ ਗਏ ਜਿਹੜੇ ਕਹਿੰਦੇ ਸੀ ਭਗਵੰਤ ਮਾਨ ਤੋਂ ਉੱਪਰ ਨਹੀਂ ਕਹਿ ਰਹੇ ਸੀ ਮੈਂ ਮੁੱਖ ਮੰਤਰੀ ਬਣਨਾ ਹੈ ਔਰ ਸਟੇਜਾਂ ਤੋਂ ਵੀ ਕਹਿ ਰਿਹਾ ਸੀ ਔਰ ਸਿੱਧਾ ਇਹੀ ਕਹਿ ਸਕਦੇ ਵੀ ਉਹਨਾਂ ਨੂੰ ਅਫਸੋਸ ਹੀ ਜ਼ਾਹਰ ਕਰ ਸਕਦੇ ਹਾਂ ਕਿ ਹੁਣ ਉਹਨਾਂ 'ਚ ਕੋਈ ਜਾਣ ਹੀ ਨਹੀਂ ਹੈ ਕਿ ਉਹ ਗੱਲ ਵੀ ਕਰ ਸਕਣ ਦੂਸਰਾ ਇੱਕ ਚੀਜ਼ ਜੋ ਮੈਂ ਕਹਿਣਾ ਚਾਹੁੰਦਾ ਇਹ ਹੈ ਕਿ ਕਿਸੇ ਵੀ ਕੀਮਤ 'ਤੇ ਪੰਜਾਬੀ ਬਾਹਰ ਦੇ ਕਿਸੇ ਵੀ ਬੰਦੇ ਨੂੰ ਪੰਜਾਬ ਦੀ ਬਾਗਡੋਰ ਨਹੀਂ ਸੰਭਾਲ ਸਕਦੇ ਇਸੇ ਕਰਕੇ ਹੌਲੀ ਹੌਲੀ ਆਮ ਆਦਮੀ ਪਾਰਟੀ ਨੂੰ ਪਹਿਲੇ ਟੁੱਟ ਗਏ ਅਤੇ ਜਿਹੜੇ ਕੋਈ ਹੁਣ ਅਜੇ ਰਹਿ ਗਏ ਸੀ ਉਹ ਮੈਂ ਸਮਝਦਾ ਕਿ ਇਸ ਐਕਸ਼ਨ ਤੋਂ ਬਾਅਦ ਹੁਣ ਪੰਜਾਬ ਦਾ ਕੋਈ ਵਾਸੀ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਰਾਜੀ ਨਹੀਂ ਹੋਏਗਾ ਮੈਂ ਉਮੀਦ ਕਰਦਾ ਔਰ ਕਿ ਪੰਜਾਬੀ ਗੈਰਤ ਨੂੰ ਰੋਕਣੇ ਔਰ ਆਪਣੀ ਗੈਰਤ ਵੇਚ ਨਹੀਂ ਸਕਦੇ ਅਤੇ ਉਹ ਕਿਸੇ ਵੀ ਕੀਮਤ 'ਤੇ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਨਾ ਔਰ ਨਾਲ ਅਪੀਲ ਵੀ ਹੈ ਸਾਡੀ ਪਾਰਟੀ ਵੱਲੋਂ ਕਿ ਅਸੀਂ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਹੁਣ ਇਹ ਨਾ ਹੋਵੇ ਕਿ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਗੈਰ ਪੰਜਾਬੀ ਆ ਕੇ ਇੱਥੇ ਕੋਈ ਬੈਠਣ ਦਾ ਯਤਨ ਕਰੇ ਉਹ ਕਿਸੇ ਕੀਮਤ 'ਤੇ ਵੀ ਬਰਦਾਸ਼ਤ ਨਹੀਂ ਕਰ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ ਢੀਠਾ ਸਾਹਿਬ ਚਰਚਾ ਤੇ ਪਹਿਲੀ ਚੋਣ ਹੋਏਗੀ ਸ਼ਾਇਦ ਪੰਜਾਬ ਦੇ ਇਤਿਹਾਸ ਜਦੋਂ ਪੰਜਾਬੀਆਂ ਦੀ ਲੜਾਈ ਗੈਰ ਪੰਜਾਬੀਆਂ ਨਾਲ ਹੋਈ ਜਿਹੜੀਆਂ ਮੁੱਖ ਵਿਰੋਧੀ ਪਾਰਟੀਆਂ ਭਾਵੇਂ ਆਪ ਨੇ ਬਾਹਰੀ ਉਮੀਦਵਾਰ ਦਿੱਤਾ ਹਰਿਆਣੇ ਦਾ ਜਿਵੇਂ ਦੱਸਿਆ ਢੀਠਾ ਸਾਹਿਬ ਨੇ ਤੇ ਕਾਂਗਰਸ ਦੀ ਕਮਾਂਡ ਵੀ ਬਾਹਰੀ ਵਿਅਕਤੀ ਕੋਲ ਪ੍ਰਸ਼ਾਦ ਭੂਸ਼ਣ ਦੇ ਕੋਲ ਪ੍ਰਸ਼ਾਦ ਕਿਸ਼ੋਰ ਦੇ ਕੋਲ ਸੋ ਪੰਜਾਬੀ ਜਿਹੜੇ ਨੇ ਪਹਿਲੀ ਵਾਰੀ ਹੋਊਗਾ ਵੀ ਗੈਰ ਪੰਜਾਬੀਆਂ ਨਾਲ ਪੰਜਾਬ ਦੇ ਲੋਕਾਂ ਦਾ ਮੁਕਾਬਲਾ ਹੋਣਾ ਔਰ ਪੰਜਾਬ ਦੇ ਲੋਕਾਂ ਦਾ ਇਤਿਹਾਸ ਆ ਪਿਛੋਕੜ ਆ ਕਿ ਗੈਰ ਨੂੰ ਕਦੇ ਪੰਜਾਬੀਆਂ ਨੇ ਬਰਦਾਸ਼ਤ ਨਹੀਂ ਕੀਤਾ ਪੰਜਾਬੀ ਬਾਹਰੀਆਂ ਨੂੰ ਭਜਾਉਣ ਦੇ ਚੈਂਪੀਅਨ ਰਹੇ ਨੇ ਪੰਜਾਬੀਆਂ ਨੇ ਕਦੇ ਬਾਹਰੀਆਂ ਨੂੰ ਐਕਸੈਪਟ ਨਹੀਂ ਕੀਤਾ ਤੇ ਜਿਹੜੀ ਹੁਣ ਬਿਜਲੀ ਸਾਡੇ ਬਾਹਰ ਆਈ ਆ ਕੇਜਰੀਵਾਲ ਸਾਹਿਬ ਪ੍ਰੋਜੈਕਟ ਕੀਤਾ ਸੀਐਮ ਦਾ ਕਹਿੰਦੇ ਮੈਂ ਸਮਝਦਾ ਕਿ ਇਹ ਸਾਜ਼ਿਸ਼ ਜਿਹੜੀ ਆ ਜਗਜ਼ਾਹਰ ਹੋ ਗਈ ਐਕਸਪੋਜ਼ ਹੋ ਗਈ ਜਿਹੜਾ ਉਹਨੇ ਦਰਕਨਾਰ ਕੀਤਾ ਪੰਜਾਬ ਦੀ ਲੀਡਰਸ਼ਿਪ ਨੂੰ ਆਪਣੀ ਪਾਰਟੀ ਵਿੱਚੋਂ ਜਿਹੜਾ ਉਹਨੇ ਇੱਕ ਇੱਕ ਬੰਦਾ ਜਿਹੜਾ ਪੰਜਾਬ ਦਾ ਲੀਡਰਸ਼ਿਪ ਦਾ ਸੀ ਉਹਨੂੰ ਦੂਰ ਕਰਨ ਦੇ ਪਿੱਛੇ ਕੇਜਰੀਵਾਲ ਸਾਹਿਬ ਦੀ ਇਹ ਸਾਜ਼ਿਸ਼ ਸੀ ਵੀ ਜਿਵੇਂ ਪੰਜਾਬੀ ਦਾ ਗੀਤ ਹੈ ਨਾ ਗਲੀਆਂ ਹੋਣ ਸੁਣੀਆਂ ਵਿੱਚ ਮਿਰਜ਼ਾ ਯਾਰ ਫਿਰੇ
ਸਾਰਿਆਂ ਨੂੰ ਧਾਕੇ ਪਰੇ ਕਰਤਾ, ਹੁਣ ਉਹ ਆਪਣਾ ਇਕੱਲਾ ਰਹਿ ਕੇ ਸਿਰਫ ਮੁੱਖ ਮੰਤਰੀ ਦਾ ਚਿਹਰਾ ਦਿਖਾਉਣ ਵਾਸਤੇ ਉਹਨੇ ਰਾਹ ਪੱਧਰਾ ਕੀਤਾ ਸੀ। ਇਹ ਗੱਲ ਵੀ ਜਾਣੀ ਅੱਜ ਜਗ ਜਾਹਰ ਹੋ ਗਈ। ਸੋ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਉਹਨਾਂ ਮਹਾਨ ਯੋਧੇ ਜਿਨ੍ਹਾਂ ਦੇ 43 ਲੋਕ ਸ਼ਹੀਦ ਹੋਏ ਪੰਜਾਬੀ ਸੂਬੇ ਦੇ ਸੰਘਰਸ਼ ਵਿੱਚ, 55,000 ਦੇ ਕਰੀਬ ਲੋਕਾਂ ਨੇ ਗ੍ਰਿਫਤਾਰੀ ਕੀਤੀਆਂ ਪੰਜਾਬੀ ਸੂਬੇ ਦੇ ਵਿੱਚ, ਇਹ ਉਹਨਾਂ ਦਾ ਵਿਸ਼ਵਾਸਘਾਤ ਹੋਏਗਾ, ਉਹਨਾਂ ਦਾ ਅਨਿਆਂ ਹੋਏਗਾ ਜਿਹੜਾ ਵੀ ਵਿਅਕਤੀ ਬਾਹਰੀ ਨੂੰ ਕਿਸੇ ਨੂੰ ਹਰਿਆਣਵੀ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟ ਪਾਏਗਾ। ਇਹ ਮੈਂ ਸਮਝਦਾ ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਇੱਕ ਲਲਕਾਰ ਆ, ਬਾਹਰੀ ਲੋਕਾਂ ਨੇ ਫੇਰ ਆ ਕੇ ਕੀਤੀ। ਪੰਜਾਬ ਦੇ ਲੋਕ ਇਸ ਲਲਕਾਰ ਨੂੰ ਚੰਗੀ ਤਰ੍ਹਾਂ ਜਵਾਬ ਦੇਣਗੇ। ਔਰ ਜਿਹੜਾ ਵੀ ਪੰਜਾਬ ਦਾ ਭਾਵੇਂ ਚੰਡੀਗੜ੍ਹ ਦੀ ਗੱਲ ਆ, ਪਾਣੀਆਂ ਦੀ ਗੱਲ ਆ ਜੋ ਢੀਂਡਸਾ ਸਾਹਿਬ ਨੇ ਕੀਤੀ, ਤੇ ਅਸੀਂ ਆਪਣੀਆਂ ਚਾਬੀਆਂ ਕਿਸੇ ਬਗਾਡੇ ਦੇ ਹੱਥ ਫੜਾਉਣ ਨੂੰ ਪੰਜਾਬ ਦੇ ਲੋਕ ਕਦੇ ਸਹਿਮਤ ਨਹੀਂ ਹੋਣਗੇ। ਸੋ ਮੈਂ ਕੁਦਰਤ ਦੀ ਇਹ ਅਕਾਲੀ ਦਲ ਦੀ ਰਾਜ ਨਹੀਂ ਸੇਵਾ ਦੀ ਨੀਤੀ ਲਾ ਲਓ, ਅਕਾਲੀ ਦਲ ਦੀ ਲੋਕਾਂ ਵਿੱਚ ਵਿਸ਼ਵਾਸ ਦੀ ਨੀਤੀ ਲਾ ਲਓ, ਤੇ ਇਹ ਮਾਹੌਲ ਜਿਹੜਾ ਸੇਵਾ ਕਰਕੇ ਮੈਂ ਸਮਝਦਾ ਇਹ ਅਕਾਲੀ ਦਲ ਬੀਜੇਪੀ ਦੇ ਹੱਥ 'ਚ ਆ ਗਿਆ। ਸੋ ਅਸੀਂ ਇਹਨੂੰ ਜ਼ਰੂਰ ਟਾਕਰਾ ਕਰਦੇ ਪੰਜਾਬ ਦੇ ਲੋਕ। ਇੱਕ ਮੈਂ ਹੋਰ ਐਡ ਕਰਨਾ ਚਾਹੂੰਗਾ ਕਿ ਪਹਿਲਾਂ ਤਾਂ ਮੈਂ ਸੋ ਕਾਰਡ ਜੋ ਆਮ ਆਦਮੀ ਪਾਰਟੀ ਦੇ ਲੀਡਰ ਨੇ, ਮੈਂ ਸਮਝਦਾ ਉਹਨਾਂ ਦੀ ਗੈਰਤ ਕਿੱਥੇ ਗਈ। ਪਹਿਲਾਂ 52 ਉਹਨਾਂ ਨੇ ਇੰਚਾਰਜ ਚਲਾਏ ਨੇ ਏਰੀਏ ਦੇ, ਔਰ 52 ਦੇ 52 ਹੀ ਗੈਰ ਪੰਜਾਬੀ ਨੇ ਜੋ ਸੋ ਕਾਰਡ ਲੀਡਰ ਹੁੰਦੇ ਨੇ, ਪਹਿਲਾਂ ਤਾਂ ਉਹਨਾਂ ਨੂੰ ਹੈ, ਤੇ ਹੁਣ ਉਹਨਾਂ ਦੇ ਉੱਪਰ ਹੋਰ ਥੋਪਣ ਦੀ ਜਦ ਪੰਜਾਬ 'ਤੇ ਕਰਨੀ ਹੈ, ਉਹ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ। ਆਮ ਆਦਮੀ ਪਾਰਟੀ ਵਾਲੇ ਲੀਡਰਾਂ ਤੋਂ ਬਰਦਾਸ਼ਤ ਕਰਦੇ 52, ਲੇਕਿਨ ਪੰਜਾਬ ਦੇ ਲੋਕ ਕਦੇ ਵੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ ਇਸ ਤਰ੍ਹਾਂ ਦੀਆਂ ਗੱਲਾਂ, ਔਰ ਉਹਨਾਂ ਨੂੰ ਮੂੰਹ ਤੋੜ ਜਵਾਬ ਵੀ ਦੇਣਗੇ। ਅਸੀਂ ਵਿਕਾਸ ਦਾ ਮੁੱਦਾ ਤਾਂ ਬਣਾਵਾਂਗੇ ਪੰਜਾਬੀ ਤੇ ਗੈਰ ਪੰਜਾਬੀ ਦਾ ਮੁੱਦਾ ਵਿੱਚ।